ਨਮਸਕਾਰ ਤੁਸੀਂ ਦੇਖ ਰਹੇ ਹੋ ਏਸ਼ੀਆ ਟੀਵੀ ਕੈਨੇਡਾ ਮੈਂ ਹਰਚਕ ਗਿਲ ਹੋਤਰਾ ਤੇ ਆਉ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ ਤੇ ਵਿਹਾਰ ਜੇਲ੍ਹ ਚ ਬੰਕ ਕੇ ਜੀਵਾਲ ਘਾਤੇ ਜੀ ਨਾਲ ਕਟਰਿਆ ਵਜਨ ਚਿੰਤਾ ਚ ਡਾਕਟਰ ਪੀਐਮ મોદી ਅੱਜ 10 ਲੋਕ ਸਭਾ ਹਲਕਿਆਂ ਦੇ ਬੋਤਵਰਕਰਾਂ ਨੂੰ ਕਰਨਗੇ ਸੰਬੋਧਨ ਪੰਜਾਬ ਚ ਹਾਲੇ ਵੀ ਆਕਾਲੀ ਪਾਜਾ ਗੜ ਜੋੜ ਦੀ ਉਮੀਦ ਆਪ ਕਾਂਗਰਸ ਗੜ ਜੋੜ ਦੀ ਆਸ ਪਈ ਫਿੱਕੀ ਤੇ ਹੁਣ ਖਬਰਾਂ ਵਿਸਥਾਰਨ ਸ਼ਰਾਬ ਕਪਲੇ ਮਾਮਲੇ ਵਿੱਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਜਨ ਜੇਲ੍ਹ ਵਿੱਚ ਤੇਜ਼ੀ ਨਾਲ ਘਟ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰੀ ਮਗਰੋਂ ਹੁਣ ਤੱਕ ਕੇਜਰੀਵਾਲ ਦਾ 4.5 ਕਿਲੋ ਵਜਨ ਘਟ ਹੋਇਆ ਹੈ ਇਹ ਵੀ ਦੱਸਿਆ ਗਿਆ ਹੈ ਕਿ ਤੇਜ਼ੀ ਨਾਲ ਡਿੱਗਦੇ ਵਜਨ ਕਾਰਨ ਡਾਕਟਰ ਨੇ ਵੀ ਚਿੰਤਾ ਜਟਾਈ ਹੈ ਇਸ ਤੋਂ ਪਹਿਲਾਂ ਕੇਜਰੀਵਾਲ ਦਾ ਸ਼ੂਗਰ ਦਾ ਪੱਧਰ ਵੀ ਘਟ ਹੋਣ ਦੀ ਗੱਲ ਸਾਹਮਣੇ ਆਈ ਸੀ ਜੇਲ੍ਹ ਸੂਤਰਾਂ ਦੇ ਹਵਾਲੇ ਤੋਂ ਖਬਰ ਦਿੱਤੀ ਗਈ ਹੈ ਕਿ ਕੇਜਰੀਵਾਲ ਨੂੰ ਜਦੋਂ ਤਿਹਾਰ ਜੇ ਲਿਆਂਦਾ ਗਿਆ ਤਾਂ ਮੈਡੀਕਲ ਪ੍ਰੀਖਿਆਵਾਂ ਵਿੱਚ ਉਹਨਾਂ ਦੇ ਸ਼ੂਗਰ ਦਾ ਪੱਧਰ ਤਾਂ ਉਹ ਘਟ ਪਾਇਆ ਗਿਆ ਇਸ ਵਾਰ ਡਾਕਟਰ ਨੇ ਸਲਾਹ ਦਿੱਤੀ ਉਹਨਾਂ ਨੇ ਦਵਾਈ ਦਿੱਤੀ ਗਈ ਈਡੀ ਰਿਮਾਨ ਦੌਰਾਨ ਵੀ ਉਹਨਾਂ ਦੀ ਸ਼ੂਗਰ ਦਾ ਪੱਧਰ ਘਟ ਸੀ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ केजरीवाल ਦੀ ਸਿਹਤ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ ਜਾ ਰਿਹਾ ਹੈ ਉਹਨਾਂ ਦੀ ਸਿਹਤ ਦੀ ਲਗਾਤਾਰ ਜਾਂਚ ਕਰਵਾਈ ਜਾ ਰਹੀ ਹੈ केजरीवाल ਦੀ ਸਿਹਤ ਨੂੰ ਧਿਆਨ ਚ ਰੱਖ ਕੇ ਹੀ ਉਹਨਾਂ ਦੇ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਕੋਟਵਲੋਂ ਦਿੱਤੀ ਗਈ ਸੀ केजरीवाल ਦਾ ਲੰਚ ਅਤੇ ਡਿਨਰ ਉਹਨਾਂ ਦੇ ਘਰ ਤੋਂ ਪਹੁੰਚਾਇਆ ਜਾ ਰਿਹਾ ਹੈ ਦੱਸਣਯੋਗ ਹੈ ਕਿ केजरीवाल ਨੂੰ ਸ਼ਰਾਬ ਕਪਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ 10 ਦਿਨਾਂ ਤੱਕ ਇਜੀ ਦਾ ਰਿਮਾਂਡ ਤੇ ਰਹੇ ਤੇ ਸਵਾਲਾਂ ਦਾ ਸਾਹਮਣਾ ਕੀਤਾ ਇਸ ਤੋਂ ਬਾਅਦ 1 ਕਪ੍ਰੈਲ ਨੂੰ ਕੋਰਟ ਨੇ ਉਹਨਾਂ ਨੂੰ 15 ਦਿਨਾਂ ਦੀ ਨਾਇਕ ਹਿਰਾਸਤ 'ਚ ਭੇਜ ਦਿੱਤਾ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਜੇਲ੍ਹ ਵਿੱਚ ਰਹਿਣਾ ਪਏਗਾ ਇਹ ਪਹਿਲਾ ਮੌਕਾ ਹੈ ਜਦੋਂ ਅਹੁਦੇ ਤੇ ਰਹਿੰਦੇ ਹੋਏ ਕਿਸੇ ਮੁੱਖ ਮੰਤਰੀ ਨੂੰ ਜੇਲ੍ਹ ਜਾਣਾ ਪਿਆ ਹੈ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਨੰਬਰ 2 ਵਿੱਚ ਰੱਖਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਚੋਣਾਂ ਦੇ ਤੀਜੇ ਪੜਾਅ ਦੀਆਂ ਆਉਣੀਆਂ 10 ਲੋਕ ਸਭਾ ਸੀਟਾਂ ਦੇ ਸਾਰੇ 22648 ਬੁੱਧਾ ਤੇ ਬੁੱਧਵਾਰ ਨੂੰ ਨਮੋ ਆਪ ਰਾਹੀਂ ਭਾਰਤੀ ਵਰਕਰਾਂ ਨੂੰ ਸੰਬੋਧਨ ਕਰਨਗੇ ਭਾਜਪਾ ਨੇ ਮੰਗਲਵਾਰ ਨੂੰ ਇੱਥੇ ਜਾਰੀ ਬਿਆਨ ਚ ਕੇ ਜਾਣਕਾਰੀ ਦਿੱਤੀ ਬਿਆਨ ਉਤਵਕ ਇਸ ਮੌਕੇ ਉਤੇ ਕੁਝ ਬੂਤ ਪ੍ਰਦਾਨ ਨਾਲ ਵੀ ਗੱਲਬਾਤ ਕਰਨਗੇ ਪੰਜਵਾਂ ਦੇ ਸਵੇਰ ਜਨਨਕਤਰ ਸੰਜੇ ਰਾਏ ਦੇ ਹਵਾਲੇ ਤੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਤੀਜੇ ਪੜਾਜ ਪ੍ਰਧਾਨ ਮੰਤਰੀ ਮੋਦੀ ਸੰਭਲ ਬੰਦਾਈਉ ਬ੍ਰੇਲੀ ਅਮਲਾ ਇਹਤਾ ਹਾਦਰਸ ਆਗਰਾ ਫਤਿਹਪੁਰ ਸਿਕਰੀ ਫਿਰੋਜ਼ਾਬਾਦ ਅਤੇ ਮਾਨਪੁਰੀ ਲੋਕ ਸਭਾ ਸੀਟਾਂ ਦੇ 22648 ਬੂਥਾਂ ਤੇ ਨਮੋ ਐਪ ਦੇ ਜ਼ਰੀਏ ਬੁੱਧਵਾਰ ਨੂੰ ਦੁਪਹਿਰ 1 ਵਜੇ ਵਰਕਰਾਂ ਨਾਲ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਸੂਬਾ ਖੇਤਰੀ ਅਤੇ ਜ਼ਿਲ੍ਹਾ ਅਧਿਕਾਰੀ ਵੀ ਆਪਣੇ ਬੂਥਾਂ ਤੇ ਜਾ ਕੇ ਇਸ ਨਮੋ ਰੈਲੀ ਚ ਸ਼ਾਮਲ ਹੋਣਗੇ। ਜੀਜੇਪੜਾਵੇ ਚੋਪਰੋਗ ਦਾ ਸੀਟਾਂ ਲਈ 7 ਮਈ ਨੂੰ VOTING ਹੋਵੇਗੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲੰਗ ਰਾਲ ਨੂੰ ਪਾਸਪਰ ਵਿੱਚ ਲਿਆਉਣ ਤੇ ਉਹਨਾਂ ਨੂੰ ਕੇਂਦਰੀ ਸੁਰੱਖਿਆ ਦੇਣ ਦੇ ਪਿਛੇ ਬਨਾਰਸ ਦਾ ਕੰਨ ਐਕਸ਼ਨ ਮੰਨਿਆ ਜਾ ਰਿਹਾ ਹੈ ਪਾਜਵਾ ਅਗਵਾ ਵਿੱਚ ਚਰਚਾ ਚੱਲ ਰਹੀ ਹੈ ਕਿ ਇਹਨਾਂ ਦੂਆ ਅਗਵਨ ਉਹ ਜਿਸ ਤੇਜ਼ੀ ਨਾਲ ਪਾਜਵਾ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਫਿਰ ਉਸ ਨੂੰ ਤੁਰੰਤ ਜਿਸ ਤਰ੍ਹਾਂ ਨਾਲ ਕੇਂਦਰੀ ਸੁਰੱਖਿਆ ਮੁਹਈਆ ਕਰਵਾ ਦਿੱਤੀ ਗਈ ਉਸ ਤੋਂ ਇੱਕ ਗੱਲ ਤਾਂ ਸਿੱਧ ਹੋ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਨਸੀ ਨਾਲ ਇਸ ਦਾ ਕੁਝ ਨਾ ਕੋਝ ਕਨੈਕਸ਼ਨ ਜ਼ਰੂਰ ਜੁੜਿਆ ਹੋਇਆ ਹੈ ਵਾਰਨਸੀ ਵਿੱਚ ਪਾਰਿਗੰਤ ਵਿੱਚ ਅਨੁਸੂਚਿਤ ਜਾਤੀ ਵੋਟ ਬੈਂਕ ਵਸਿਆ ਹੋਇਆ ਹੈ ਪੰਜਾਬ ਦੇ ਵਧੇਰੇ ਅਨੁਸੂਚਿਤ ਪਾਈਚਾਰੇ ਦੇ ਲੋਕ ਹਰ ਸਾਲ ਬਨਾਰਸ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਚ ਸੀਸ ਨਵਾਉਣ ਜਾਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਵੀ ਵਾਰਾਨਸੀ ਸੰਸਦੀ ਹਲਕੇ 'ਚੋਂ ਝੋਨ ਲੜੇ ਨੇ ਪ੍ਰਧਾਨ ਮੰਤਰੀ ਨੇ ਜੇ ਵਾਰ ਇੱਜ਼ਤ ਦਰਜ ਕਰਨੀ ਹੈ ਤੇ ਉਸ ਦੇ ਲਈ ਉਹਨਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 12ਵੀਂ ਵਾਰਾ ਨਸੀ ਸੰਸਦੀ ਹਲਕੀ ਤੋਂ ਚੋਣ ਲੜੇ ਨੇ ਪ੍ਰਧਾਨ ਮੰਤਰੀ ਨੇ ਜੇ ਪਾਰਿੱਜਤ ਦਰਜ ਕਰਨੀ ਹੈ ਅਤੇ ਉਸ ਦੇ ਲਈ ਉਹਨਾਂ ਨੂੰ ਸਾਰੇ ਵਰਗਾਂ ਦੀ ਲੋਕਾਂ ਦਾ ਸਮਰਥਨ ਚਾਹੀਦਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਦੀ ਜਿੱਤ ਵਿੱਚ ਕਿਸੇ ਨੂੰ ਵੀ ਸ਼ੱਕ ਨਹੀਂ ਹੈ ਪਰ ਫੇਰ ਵੀ ਰਿਕਾਰਡ ਵੋਟਾਂ ਨਾਲ ਜਿੱਤ ਲਈ ਉਹਨਾਂ ਨੂੰ ਅਨੁਸੂਚਿਤ ਪਾਈਚਾਰੇ ਦਾ ਵੀ ਪੂਰਾ ਸਾਥ ਚਾਹੀਦਾ ਹੈ ਪੰਜਾਬ ਦੇ ਦਲਿਤ ਪਾਇਚਾਰੇ ਦੇ ਲੋਕ ਕਿਉਂਕਿ ਕਾਸ਼ੀ ਬਨਾਰਸ ਜਾਂਦੇ ਰਹਿੰਦੇ ਨੇ ਇਸ ਲਈ ਦੋਵਾਂ ਦਲਿਤ ਆਗੂਆਂ ਨੂੰ ਪਾਜਵਾ ਵਿੱਚ ਲਿਆ ਕੇ ਉਹਨਾਂ ਅਨੁਸੂਚਿਤ ਪਾਇਚਾਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਇਸ ਨਾਲ ਪ੍ਰਧਾਨ ਮੰਤਰੀ ਨੂੰ ਆਪਣੀ ਸੰਸਦੀ ਹਲਕੇ ਵਿੱਚ ਵੀ ਲਾਭ ਮਿਲੇਗਾ ਰਿੰਕੂ ਅਤੇ ਸ਼ੀਤਲੰਗੁਰਾਲ ਵੀ ਡੇਰਾ ਸਚਕਣ ਬਲਾ ਵਿੱਚ ਅਕਸਰ ਨਤਮਸਤਕ ਹੁੰਦੇ ਰਹਿੰਦੇ ਨੇ ਜੁਣਾ ਵਿੱਚ ਡੇਰਾ ਬਲਾ ਦੇ ਕਦੀ ਵੀ ਖੁੱਲ ਗਏ ਕਿਸੇ ਇੱਕ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਡੇਰਾ ਆਪਣੇ ਆਪ ਨੂੰ ਨਿਰਪੱਖ ਰੱਖਦਾ ਹੈ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਮੱਥਾ ਟੇਕਣ ਲਈ ਇੱਥੇ ਆਉਂਦੇ ਨੇ ਮੁੱਖ ਮੰਤਰੀ ਮੰਤਰੀਅਤੇ ਹੋਰ ਆਗੂ ਵੀ ਵਕਵਕ ਮਹਾਪੁਰਖਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ ਪੰਜਾਬ ਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਐਲਾਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਕੱਲੇ ਹੀ ਚੋਣ ਲੜਨ ਦੇ ਐਲਾਨ ਦੇ ਬਾਅਦ ਛੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਦੇ ਬਾਵਜੂਦ ਆਪ ਦੀ ਕਾਂਗਰਸ ਅਤੇ ਭਾਜਪਾ ਦੇ ਆការੀ ਦਲ ਦੇ ਨਾਲ ਗੱਜੋੜ ਦੀ ਉਮੀਦ ਹਾਲੇ ਵੀ ਬਰਕਰਾਰ ਹੈ ਇਸ ਨੂੰ ਲੈ ਕੇ ਚਾਰੋਂ ਪਾਰਟੀਆਂ 'ਚ ਅੰਦਰਖਾਦੇ ਚਰਚਾ ਜਾਰੀ ਹੈ ਭਾਵੇਂ ਭਾਜਪਾ ਨੇ ਹੋਲੀ ਤੋਂ ਤੁਰੰਤ ਬਾਅਦ ਸੁਪਰ ਪ੍ਰਧਾਨ ਸੁਨੀਲ ਜਾਖੜ ਨੇ ਵੀ ਐਲਾਨ ਕਰਵਾ ਦਿੱਤਾ ਸੀ ਕਿ ਉਹ ਸਾਰੀਆਂ 13 ਸੀਟਾਂ ਦੇ ਇਕੱਲੇ ਈ ਚੋਣ ਲੜਨਗੇ ਪਰ ਅਕਾਲੀ ਦਲ ਦਾ ਇੱਕ ਧੜਾ ਹਲੇ ਵੀ ਪਾਜਬਨ ਨਾਲ ਸਮਝੌਤੇ ਦੇ ਹੱਕ ਵਿੱਚ ਹੈ ਅਕਾਲੀ ਦਲ ਦੇ ਇੱਕ ਸਾਬਕਾ ਸੰਸਦ ਮੈਂਬਰ ਅਤੇ ਕੁਝ ਸਾਬਕਾ ਮੰਤਰੀ ਚਾਹੁੰਦੇ ਨੇ ਕਿ ਪਾਜਬਨ ਨਾਲ ਮੁਲ ਗੱਲਬਾਤ ਕੀਤੀ ਜਾਵੇ ਹਾਲਾਂਕਿ ਤਿੰਨ ਚਾਰ ਤੇਜ਼ ਤਰਾਰ ਆਗੂਆਂ ਦਾ ਗਰੁੱਪ ਇਕੱਲੀਆਂ ਚੋਣਾਂ ਦੇ ਹੱਕ ਵਿੱਚ ਹੈ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਮਾਜੇ ਦਾ ਇੱਕ ਵੱਡਾ ਆਗੂ ਪਹਿਲਾਂ ਪਾਜਬਨ ਨਾਲ ਗੱਡਜੋੜ ਦੇ ਹੱਕ ਵਿੱਚ ਨਹੀਂ ਸੀ ਹੁਣ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਜਬਨ ਨਾਲ ਗੱਡਜੋੜ ਹੁੰਦਾ ਹੈ ਤਾਂ ਵੀ ਠੀਕ ਹੈ ਅਜੇ ਜੇਕਰ ਨਹੀਂ ਹੁੰਦਾ ਤਾਂ ਵੀ ਇਕੱਲੇ ਲੜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਦੋ ਦਿਨ ਵਕ ਹਲਕਿਆਂ ਨੂੰ ਲੈ ਕੇ ਜ਼ਿਲ੍ਹਾ ਪਧਰੀ ਨੇਤਾਵਾਂ ਨਾਲ ਬੈਠਕਾਂ ਕਰ ਰਹੇ ਨੇ ਹੋਕਰੀ ਦਰਜਨਾ ਜ਼ਿਲ੍ਹਿਆਂ ਦੇ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਚਰਚਾ ਕਰ ਚੁੱਕੇ ਨੇ ਇਸ ਦੇ ਬਾਵਜੂਦ ਆਕਾਲੀ ਪਾਜਵਾ ਗੱਡ ਜੋੜ ਦੀ ਉਮੀਦ ਰਾਜਨੀਤਿਕ ਹਲਕਿਆਂ ਵਿੱਚ ਕਾਇਮ ਹੈ ਇਜ਼ਰਾਨ ਆਮ ਆਦਮੀ ਪਾਰਟੀ ਵੱਲੋਂ 9 ਸੀਟਾਂ ਦੇ ਉਮੀਦਵਾਰ ਐਲਾਨਣ ਦੇ ਬਾਵਜੂਦ ਕੁਝ ਹੋਰ ਸੂਬਿਆਂ ਵਾਂਗ ਪੰਜਾਬ 3 ਕਾਂਗਰਸ ਨਾਲ ਗੱਡ ਜੋੜ ਦੀਆਂ ਕਿੱਸ ਅਰਾਈਆਂ ਬੰਦ ਨਹੀਂ ਹੋਈਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਲ ਹੀ 3 ਈਡੀ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਤਿਰਦੀ ਰੈਲੀ ਵਿੱਚ ਕਾਂਗਰਸ ਲੀਡਰਸ਼ਿਪ ਨੇ ਜਿਸ ਤਰ੍ਹਾਂ ਆਪ ਦਾ ਸਮਰਥਨ ਕੀਤਾ ਉਸ ਤੋਂ ਇਹਨਾਂ ਅਟਕਲਾਂ ਨੂੰ ਬਲ ਮਿਲਦਾ ਹੈ ਇਸ ਸਾਕਤ ਦੇ ਪ੍ਰਦਰਸ਼ਨ ਵਿੱਚ ਕਾਂਗਰਸ ਹਾਈ ਕਮਾਂਡ ਦੇ ਇਸ਼ਾਰੇ ਤੇ ਭਾਰੀ ਪੀੜ ਇਕੱਠੀ ਕੀਤੀ ਗਈ ਸੀ ਸਟੇਜ 'ਤੇ ਰਾਹੁਲ ਗਾਂਧੀ ਦੇ ਬਿਲਕੁਲ ਨਾਲ ਭਗਵੰਤ ਮਾਨ ਵੀ ਬੈਠੇ ਸਨ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਰਾਹੁਲ ਗਾਂਧੀ ਅਤੇ ਭਗਵੰਤ ਮਾਨ ਵਿਚਕਾਰ ਪੰਜਾਬ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਸਕਦੀ ਹੈ ਸਿੱਖ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਗਲਵਾਰ ਨੂੰ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਸ਼ੰਭੂ ਖਨਾਰੀ ਡਬਵਾਲੀ ਅਤੇ ਰਤਨਪੁਰਾ ਬਾੜਾ ਦੇ ਕਿਸਾਨਾਂ ਦੇ ਇਹ ਮੋਰਚੇ ਲੱਗੇ ਹੋਏ ਨੇ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਹਾਲ ਦੀ ਕਰਈ ਕਈ ਮੰਡੀਆਂ ਨੂੰ ਖਤਮ ਕਰਕੇ ਕਣਕ ਦੀ ਫਸਲ ਸਿੱਧਾ ਸਾਇਲੈਂਸ ਲੈ ਕੇ ਜਾਣ ਦਾ ਹੁਕਮ ਦਿੱਤਾ ਹੈ ਜੋ ਪਿਛਲੇ ਦਰਵਾਜ਼ੇ ਤੋਂ ਤਨਖੇਤੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੇ ਬਰਾਬਰ ਹੈ ਦੋਹਾਂ ਮੋਰਚਿਆਂ ਨੇ ਫੈਸਲਾ ਕੀਤਾ ਕਿ ਮੰਡੀਆਂ ਨੂੰ ਬਚਾਉਣ ਲਈ ਜੇਲ੍ਹ ਚ ਬੰਦ ਕਿਸਾਨਾਂ ਦੀ ਰਿਹਾਈ ਅਤੇ ਕਿਸਾਨੀ ਮੋਰਚਿਆਂ ਤੇ ਬਿਜਲੀ ਦੀ ਉਚਿਤ ਵਿਵਸਥਾ ਲਈ 7 ਅਪ੍ਰੈਲ ਨੂੰ ਜ਼ਿਲ੍ਹਾ ਪੱਧਰ ਤੇ ਜਲੂਸ ਕੱਢ ਕੇ ਫਾਸ਼ਵਾ ਦੇ ਪੁਤਲੇ ਸਾੜੇ ਜਾਣਗੇ ਵਿਕਾਸ ਬਲਕ ਸੁਰਤਗੰਜੇ ਹਰਕਾ ਦੇ ਸਿਗ ਸਕੂਲ ਦੇ ਬੱਚਿਆਂ ਨੂੰ ਲਖਨਊ ਚੜੀਆ ਕਰਦੀ ਸੈਰ ਲਈ ਨੇ ਜਾ ਗਿਆ ਉਥੋਂ ਵਾਪਸ ਆਉਂਦੇ ਸਮੇਂ ਦੇਵਾਦੇਸ਼ ਲਾਰਪੁਰ ਨੇੜੇ ਇੱਕ ਬਾਈਕ ਸਵਾਰ ਸਕੂਲ ਬੱਸ ਦੇ ਸਾਹਮਣੇ ਆ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਸ ਫਲਟ ਗਈ ਕੌਂਸਲ ਸਕੂਲ ਦੇ ਬੱਚੇ ਮੰਗਲਵਾਰ ਨੂੰ ਫੀਲ ਟ੍ਰਿਪ ਲਈ ਲਖਨਊ ਗਏ ਹੋਏ ਸਨ ਉਥੋਂ ਨਿਕਲਦੇ ਸਮੇਂ ਸਕੂਲ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਬਾਈਕ ਸਵਾਰ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਫਲਟ ਗਈ ਅਤੇ ਬਾਈਕ ਸਵਾਰ ਸਮੇਤ ਪੰਜ ਬੱਚਿਆਂ ਦੀ ਮੌਤ ਦੱਸੀ ਜਾ ਰਹੀ ਹੈ ਇਸ ਜਨਾਲੀ 12 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਬਾਕੀ ਮਾਮੂਲੀ ਜ਼ਖਮੀ ਨੇ બસ ਵਿੱਚ 42 ਬੱਚੇ ਸਵਾਰ ਸਨ जख्मी ਬੱਚਿਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਦੇਵਾ ਵਿਖੇ ਦਾਖਲ ਕਰਵਾਇਆ ਗਿਆ तकरीबन 9 ਸਾਲ ਪੁਰਾਣੇ ਬਰਗਾਰੀ ਬੇਅਦਮੀ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਇਸ ਵਿਅਕਤੀ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਚੰਡੀਗੜ੍ਹ ਜਿਲ੍ਹਾ ਅਦਾਲਤੋਂ ਜ਼ਮਾਨਤ ਮਿਲ ਗਈ ਹੈ ਪ੍ਰਦੀਪ ਨੂੰ ਇਸ ਸਾਲ ਫਰਵਰੀ ਵਿੱਚ ਪੰਜਾਬ ਪੁਲਿਸ ਦੀ ਸਿਟ ਨੇ ਗੁਰੂਗਰਾਮ ਤੋਂ ਗ੍ਰਿਫਤਾਰ ਕੀਤਾ ਸੀ ਪੰਜਾਬ ਦੇ ਫਰੀ ਕੋਟ ਜ਼ਿਲ੍ਹੇ ਦੀ ਅਦਾਲਤ ਨੇ ਉਸ ਨੂੰ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਪਗੋੜਾ ਘਰਾ ਦਿੱਤਾ ਹੋਇਆ ਸੀ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਸਿਟ ਨੇ ਜਾਂਚ ਕੀਤੀ ਹੈ ਕਿ ਅਜੇ ਕੁਝ ਵੀ ਬਰਾਮਦ ਨਹੀਂ ਹੋਇਆ ਹੈ ਜਿਹੇਜ ਉਹਨਾਂ ਨੂੰ ਜੇਲ੍ਹ ਸੁਰੱਖਣਾ ਉਚਿਤ ਨਹੀਂ ਹੈ ਪੰਜਾਬ ਪੁਲਿਸ ਦੇ ਵਕੀਲ ਨੇ ਆਪਣੀ ਦਲੀਲ ਦਿੰਦੇ ਹੋਏ ਕਿਹਾ ਜੇਕਰ ਦੋਸ਼ੀ ਨੂੰ ਜ਼ਮਾਨਤ ਮਿਲ ਜਾਂਦੀ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਿੰਦਰ ਸਿੰਘ ਵੀ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਤੇਜ਼ ਨਾਲ ਹੀ ਖਬਰਾਂ ਦਾ ਇਹ ਬੁਲਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ